ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਤਾਂ ਦੋਸਤੋ, ਜਿਹੜੇ ETT ਦੇ ਪੇਪਰ ਹੋਣੇ ਨੇ 635 ਪੋਸਟਾਂ, ਹਾਂਜੀ ਦੋਸਤੋ 635 ਪੋਸਟਾਂ, ETT ਕਾਡਰ ਦਾ ਵਿਗਿਆਪਨ ਮਿਤੀ 3/7/2021 ਅਤੇ ਜੇਲ੍ਹ ਵਿਭਾਗ ਵਿੱਚ ETT ਦੀਆਂ 22 ਅਸਾਮੀਆਂ ਨੂੰ ਭਰਨ ਲਈ 20/9/2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਇਹਨਾਂ ਅਸਾਮੀਆਂ ਸੰਬੰਧੀ ਲਿਖਤੀ ਟੈਸਟ ਲੈਣ ਹਿੱਤ ਡੇਟਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ। ਉਪਕਤ ਤੋਂ ਇਲਾਵਾ ਉਪਰੋਕਤ ਭਰਤੀ ਵਿੱਚ ਅਪਲਾਈ ਕਰ ਚੁੱਕੇ ਉਮੀਦਵਾਰਾਂ ਨੂੰ ਰੋਲ ਨੰਬਰ ਨਾਮ ਜਾਰੀ ਕਰ ਦਿੱਤੇ ਗਏ ਹਨ। ਠੀਕ ਹੈ ਜੀ, ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣਾ ਰੋਲ ਨੰਬਰ ਉਹਨਾਂ ਵੱਲੋਂ ਰਜਿਸਟ੍ਰੇਸ਼ਨ ਕਰਨ ਸਮੇਂ ਬਣਾਏ ਗਏ ਅਕਾਊਂਟ ਵਿੱਚ ਡਾਊਨਲੋਡ ਪ੍ਰਿੰਟ ਕਰ ਸਕਣਗੇ। ਜਾਰੀ ਕੀਤੇ ਰੋਲ ਨੰਬਰ ਸਲਿੱਪ ਦਾ ਪੇਪਰ ਦਾ ਸਮਾਂ ਸਥਾਨ ਦਰਸਾਇਆ ਗਿਆ। ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਕਿ ਰੋਲ ਨੰਬਰ ਸਲਿੱਪ ਪੇਪਰ ਵਾਲੇ ਦਿਨ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਠੀਕ ਹੈ ਜੀ, ਮਤਲਬ ਕਿ ਹੁਣ ਜਿਹੜੇ ਆਪਣੇ ਕੋਲ ਜਿਹੜੇ ਹੈਗੇ ਸੀਗੇ ETT ਵਾਲੇ, ਹੈ ਨਾ, ਨੋਟਿਸ ਆ ਚੁੱਕਿਆ ਲੇਟੈਸਟ, ਜਿਨ੍ਹਾਂ ਦੇ ਰੋਲ ਨੰਬਰ ਭਰੇ ਹੋਏ ਨੇ, ਜਿਨ੍ਹਾਂ ਨੇ ਇਹ ਪੋਸਟਾਂ ਉਹ ਜਲਦੀ ਤੋਂ ਜਲਦੀ ਡਾਊਨਲੋਡ ਕਰ ਲੈਣ। ਅਤੇ ਦੋਸਤੋ, ਇਹ ਜਾਣਕਾਰੀ ਕਿਵੇਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਠੀਕ ਹੈ ਜੀ, ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ।